ਬਿਸਮਿਲ੍ਲਾਹਿਰ-ਰਹਿਮਾਨ-ਰਹੀਮ ਵੈਲਕਮ ਬੈਕ ਗਾਇਜ਼ ਟੂ ਅਨਦਰ ਵਲੌਗ। ਅੱਜ ਦਾ ਇੱਕ ਨਵੇਂ ਵਲੌਗ, ਤੁਹਾਨੂੰ ਸਾਰਿਆਂ ਨੂੰ ਖੁਸ਼ਾਮਦੀਦ ਕਹਿੰਦੇ ਹਾਂ। ਅਤੇ ਹੁਣ ਅਸੀਂ ਨਿਕਲੇ ਹਾਂ ਆਪਣੇ ਘਰੋਂ, ਅਤੇ ਸਾਡਾ ਸਫ਼ਰ ਜਿਹੜਾ ਜਾਏਗਾ ਉਹ ਜਾਏਗਾ ਆਪਣੀ ਯੂਨੀਵਰਸਿਟੀ ਤੱਕ, ਕਿਉਂਕਿ ਯੂਨੀਵਰਸਿਟੀ ਦੇ ਵਿੱਚ ਕਲਾਸ ਹੈ ਅਤੇ ਨਾਲ ਕੁਝ ਅਸੈਂਬਲੀਆਂ ਸਬਮਿਟ ਕਰਾਉਣੀਆਂ ਨੇ। ਜੁਮੇਰਾਤ ਦਾ ਦਿਨ ਨੇ ਅੱਜ, ਅਤੇ ਸੁਬਾਹ ਦੇ 8 ਵੱਜ ਰਹੇ ਨੇ ਅਤੇ ਅਸੀਂ ਨਿਕਲੇ ਹਾਂ। ਅਤੇ ਨਾਲ ਨਾਲ ਮੈਂ ਇਹ ਵਲੌਗ ਬਣਾ ਲਾਂ, ਅਤੇ ਅੱਜ ਦੇ ਵਲੌਗ ਵਿੱਚ ਅਸੀਂ ਮੇਨ ਗੱਲ ਕਰਾਂਗੇ ਕਿ ਆਇਆ ਤੁਹਾਨੂੰ ਆਸਟ੍ਰੇਲੀਆ ਵਿੱਚ ਬੈਚਲਰ ਕਰਨ ਆਉਣਾ ਚਾਹੀਦਾ ਹੈ ਜਾਂ ਮਾਸਟਰ ਕਰਨ ਆਉਣਾ ਚਾਹੀਦਾ ਹੈ, ਤੁਹਾਨੂੰ ਬੈਚਲਰ ਵਿੱਚ ਟ੍ਰੇਡ ਕੋਰਸ 'ਤੇ ਆਉਣਾ ਚਾਹੀਦਾ ਹੈ ਜਾਂ ਸਿੰਪਲ ਡਿਪਲੋਮਾ ਟੂ ਬੈਚਲਰ ਵਿੱਚ ਆਉਣਾ ਚਾਹੀਦਾ ਜਾਂ ਫਿਰ ਡਾਇਰੈਕਟ ਬੈਚਲਰ ਵਿੱਚ ਆਉਣਾ ਚਾਹੀਦਾ ਹੈ। ਅਤੇ ਆਪਾਂ ਇਹ ਸਾਰੇ ਚੀਜ਼ਾਂ ਦੀ ਗੱਲਾਂ ਕਰਾਂਗੇ ਅੱਜ ਦੀ ਵੀਡੀਓ ਵਿੱਚ, ਤਾਂ ਵਾਸਤੇ ਇਸ ਵੀਡੀਓ ਨੂੰ ਪੂਰੀ ਪੂਰਾ ਵੇਖਣਾ, ਔਰ ਫਿਰ ਵੀ ਤੁਹਾਡਾ ਕੋਈ ਸਵਾਲ ਵਗੈਰਾ ਹੋਏ ਤਾਂ ਫਿਰ ਥੱਲੇ ਕਮੈਂਟ ਡਾਊਨ ਕਰਨਾ ਜਾਂ ਮੈਨੂੰ ਇੰਸਟਾਗ੍ਰਾਮ 'ਤੇ ਰੀਚ ਆਊਟ ਕਰਨਾ। ਗੱਲਾਂ ਤਾਂ ਆਪਾਂ ਕਰਦੇ ਰਹਾਂਗੇ, ਆ ਪਹਿਲੇ ਵੇਖੋ ਸੁਬਾਹ ਦਾ ਕੈਸਾ ਖੂਬਸੂਰਤ ਮੰਜ਼ਰ ਹੈ। ਇਹ ਇਲਾਕਾ ਵੇ ਜੀ ਕਲੇਟਨ ਦਾ ਇਲਾਕਾ ਵੇ ਮੈਲਬਰਨ ਦੇ ਵਿੱਚ, ਅਤੇ ਹੁਣ ਆਪਾਂ ਨਿਕਲ ਕੇ ਟ੍ਰੇਨ ਸਟੇਸ਼ਨ ਨਾਲ ਜਾ ਰਹੇ ਹਾਂ, ਕਿਉਂਕਿ ਪਬਲਿਕ ਟ੍ਰਾਂਸਪੋਰਟ ਇਸਤੇਮਾਲ ਕਰਦੇ ਹਾਂ ਉਹੀ ਬੜੀ ਬਾਰਿਸ਼ ਪੈਂਦੀ ਹੈ ਅਤੇ ਇੱਥੇ ਹਰ ਬੰਦਾ ਇਸਤੇਮਾਲ ਕਰਦਾ। ਹਾਂਜੀ, ਤੁਹਾਨੂੰ ਆਪਣੀ ਯੂਨੀਵਰਸਿਟੀ ਪਹੁੰਚ ਗਏ ਅਸੀਂ, ਅਤੇ ਹੁਣ ਇੱਥੇ ਬੈਠੇ ਪਏ ਆ ਵੇਖੋ ਸਾਰੀ ਯੂਨੀਵਰਸਿਟੀ ਹੈ। ਪਿਛਲੀ ਵੀਡੀਓ ਵਿੱਚ ਤੁਹਾਨੂੰ ਹਾਈ ਸੀ, ਅਤੇ ਆਹ ਕਿਆ ਪੁਰਸਕੂਨ ਜਗ੍ਹਾ ਹੈ। ਅੱਛਾ ਜੀ, ਹੁਣ ਅਸੀਂ ਇੱਥੇ ਆ ਕੇ ਬਹਿ ਗਏ ਹਾਂ। ਹੁਣ ਸਾਡੀ ਕਲਾਸ ਵਿੱਚ ਤਾਂ ਅੱਗੇ ਘੰਟਾ ਪਏ ਆਵੇ, ਲੇਕਿਨ ਅਸੀਂ ਅਸਾਈਨਮੈਂਟਾਂ ਬਣਾਉਣੀਆਂ ਨੇ, ਕਿਉਂਕਿ ਜਿਹੜੀ ਇੱਥੇ ਦੀ ਪੜ੍ਹਾਈ ਹੈ ਇਹਦੇ ਵਿੱਚ ਅਤੇ ਆਪਣੇ ਪਾਕਿਸਤਾਨ ਇੰਡੀਆ ਦੀ ਪੜ੍ਹਾਈ ਵਿੱਚ ਇਹੀ ਫਰਕ ਹੈ। ਅਤੇ ਉੱਥੇ ਸਾਰਾ ਕੁਝ ਫਿਜ਼ੀਕਲ ਹੁੰਦਾ ਹੈ, ਮਤਲਬ ਟੈਸਟ ਦੇਣੇ ਨੇ ਤੁਸੀਂ ਜਾਂ ਪੇਪਰ ਦੇਣੇ ਨੇ, ਇੱਥੇ ਉਹ ਹਿਸਾਬ ਕੋਈ ਨਹੀਂ। ਇੱਥੇ ਬਸ ਤੁਸੀਂ ਅਸੈਂਬਲੀਆਂ ਜਮ੍ਹਾਂ ਕਰਾਉਂਦੇ ਰਹੋ, ਅਤੇ ਇੱਕ ਦੋ ਤੁਹਾਡੇ ਔਨਲਾਈਨ ਟੈਸਟ ਹੋ ਜਾਣ ਦੇ, ਅਤੇ ਉਹ ਸਾਰਿਆਂ ਦੀ ਨਾ ਇੱਕ ਮਤਲਬ ਕਿ ਸਾਰਿਆਂ ਨੂੰ ਜਮ੍ਹਾਂ ਕਰਕੇ ਅਤੇ ਐਂਡ 'ਤੇ ਉਹਦੇ ਨੰਬਰ ਲੱਗਦੇ ਨੇ, ਤੁਸੀਂ ਪਾਸ ਜਾਂ ਫੇਲ ਹੁੰਦੇ ਹੋ। ਅਤੇ ਬਾਕੀ ਉਸ ਜਿਹੜੀ ਗੱਲ ਸ਼ੁਰੂ ਕੀਤੀ ਸੀ ਇਸ ਵੀਡੀਓ ਦੇ ਬਾਰੇ ਵਿੱਚ ਕਿ ਤੁਹਾਨੂੰ ਆਇਆ ਬੈਚਲਰ ਵਿੱਚ ਆਉਣਾ ਚਾਹੀਦਾ ਜਾਂ ਮਾਸਟਰ ਵਿੱਚ ਆਉਣਾ ਚਾਹੀਦਾ, ਅਤੇ ਦੇਖੋ ਯਾਰ ਅੱਗੇ ਤਾਂ ਇਹ ਚੀਜ਼ ਡਿਪੈਂਡ ਕਰਦੀ ਹੈ ਕਿ ਅਗਰ ਤੁਹਾਡੀ ਬੈਚੁਲਰ ਪੂਰੀ ਹੋ ਗਈ ਹੈ ਜਾਂ ਤੁਹਾਡੀ ਬੈਚੁਲਰ ਆਖਰੀ ਸਾਲ ਵਿੱਚ ਹੈ, ਠੀਕ ਹੈ, ਅਤੇ ਫਿਰ ਤਾਂ ਤੁਸੀਂ ਮਾਸਟਰ ਵਿੱਚ ਹੀ ਆਉਣਾ ਚਾਹੀਦਾ, ਕਿਉਂਕਿ ਅਗਰ ਤੁਸੀਂ ਦੁਬਾਰਾ ਬੈਚੁਲਰ ਵਿੱਚ ਆਓਦੇ ਤਾਂ ਉਹ ਫਿਰ ਹੋ ਸਕਦਾ ਵੀਜ਼ੇ ਵਿੱਚ ਤੁਹਾਨੂੰ ਇੱਥੇ ਮਸਲਾ ਪੇਸ਼ ਆਏ, ਕਿਉਂਕਿ ਵੀਜ਼ਾ ਅਫਸਰ ਆਇਆ ਤਾਂ ਭਾਈ ਤੂੰ ਆਲਰੇਡੀ ਮਾਸਟਰ ਕੀ ਤੂੰ ਆਲਰੇਡੀ ਬੈਚੁਲਰ ਕੀਤੇ ਆ, ਤੂੰ ਕੀ ਲੈਣ ਆ ਰਿਹਾ ਦੁਬਾਰਾ ਬੈਚੁਲਰ ਕਰਨ ਨਾ,
ਉਹ ਫਿਰ ਬੜੀ ਇੱਕ ਜਿਹੜੀ ਸਟੂਡੈਂਟ ਦਾ ਹੁੰਦਾ ਨਾ ਇੱਥੇ ਇੱਕ ਜੈਨੂਇਨ ਟੈਂਪਰੇਰੀ ਇੰਟਰੈਂਸ, ਉਹ ਤੁਹਾਡੀ ਬੜੀ ਕਮਜ਼ੋਰ ਹੋ ਜਾਂਦੀ ਹੈ। ਤਾਂ ਵਾਸਤੇ ਫਿਰ ਨਾ ਅਗਰ ਤੁਸੀਂ ਬੈਚਲਰ ਕੰਪਲੀਟ ਕਰ ਲਿਆ ਜਾਂ ਤੁਸੀਂ ਫਾਈਨਲ ਈਅਰ ਵਿੱਚ ਹੋ, ਫਿਰ ਕੋਸ਼ਿਸ਼ ਇਹੀ ਕਰੋ ਕਿ ਤੁਸੀਂ ਮਾਸਟਰ ਵਿੱਚ ਇੱਥੇ ਆਓ। ਅਤੇ ਅਗਰ ਤੁਸੀਂ ਪਲੱਸ ਟੂ ਕਰ ਰਹੇ ਹੋ ਜਾਂ ਪਾਕਿਸਤਾਨ ਵਿੱਚ ਤੁਸੀਂ ਅਗਰ ਸੈਕਿੰਡ ਈਅਰ ਕਰ ਰਹੇ ਹੋ 12ਵੀਂ ਕਲਾਸ, ਅਤੇ ਫਿਰ ਤੁਹਾਨੂੰ ਇੱਥੇ ਬੈਚਲਰ ਵਿੱਚ ਆਉਣਾ ਚਾਹੀਦਾ ਹੈ। ਫਿਰ ਤੁਹਾਨੂੰ ਬੈਚਲਰ ਕੰਪਲੀਟ ਹੋਣ ਦਾ ਵੇਟ ਨਹੀਂ ਕਰਨਾ ਚਾਹੀਦਾ, ਕਿਉਂਕਿ ਹਾਲਾਤ ਤੁਹਾਡੇ ਸਾਹਮਣੇ ਨੇ, ਹਰ ਬੰਦਾ ਅੱਜ ਕੱਲ੍ਹ ਬਾਹਰ ਜਾ ਰਿਹਾ, ਹਰ ਬੰਦਾ ਬਾਹਰ ਜਾ ਰਿਹਾ। ਅਤੇ ਤਾਂ ਵਾਸਤੇ ਫਿਰ ਅਗਰ ਤੁਹਾਨੂੰ ਮੌਕਾ ਮਿਲ ਰਿਹਾ 12 ਕਰਨ ਤੋਂ ਬਾਅਦ ਬਾਹਰ ਆਉਣ ਦਾ, ਤਾਂ ਤੁਸੀਂ ਜ਼ਰੂਰ ਉਹਦੀ ਤਿਆਰੀ ਕਰੋ। ਇਹਦਾ ਜਿਹੜਾ ਪ੍ਰੋਸੈਸ ਹੁੰਦਾ ਉਹ ਡਿਪੈਂਡ ਕਰਦਾ ਹੈ, ਮਹੀਨਾ ਡੇਢ ਵੀ ਲੱਗਦਾ ਹੈ ਅਤੇ 6-6 ਮਹੀਨੇ ਸਾਲ ਵੀ ਲੱਗ ਜਾਂਦਾ, ਉਹ ਹਰ ਬੰਦੇ ਦਾ ਕੇਸ ਟੂ ਕੇਸ ਵੈਰੀ ਕਰਦਾ। ਅਤੇ ਬੈਚਲਰ ਵਿੱਚ ਬਈ ਮੈਂ ਤੁਹਾਨੂੰ ਇਹੀ ਰਿਕਮੈਂਡ ਕਰਾਂਗਾ ਕਿ ਤੁਸੀਂ ਅਗਰ ਬੈਚਲਰ ਵਿੱਚ ਆਉਣਾ ਹੋਵੇ ਤਾਂ ਡਾਇਰੈਕਟ ਬੈਚਲਰ ਦੀ ਡਿਗਰੀ ਵਿੱਚ ਆਓ, ਉਹ ਡਿਪਲੋਮਾ ਲੀਡਿੰਗ ਟੂ ਬੈਚਲਰ ਜਾਂ ਫਿਰ ਟਰੇਡ ਕੋਰਸ ਵਿੱਚ ਆਉਣ ਦੀ ਲੋੜ ਕੋਈ ਨਹੀਂ ਹੈ, ਕਿਉਂਕਿ ਜਿਹੜੀ ਡਿਗਰੀ ਹੈ ਨਾ ਉਹ ਬੜੀ ਅੱਛੀ ਚੀਜ਼ ਹੈ। ਬਜਾਏ ਇਸ ਕਿ ਤੁਸੀਂ ਟਰੇਡ ਕੋਰਸ ਵਿੱਚ ਆ ਰਹੇ ਹੋ ਜਾਂ ਪਹਿਲੇ ਤੁਸੀਂ 1 ਸਾਲ ਇੱਥੇ ਕਾਲਜ ਲਾਓ, ਡਿਪਲੋਮਾ ਕਰੋ, ਫਿਰ ਅੱਗੋਂ ਤੁਸੀਂ ਡਿਗਰੀ ਵਿੱਚ ਜਾਓ। ਅਤੇ ਉਹਦੇ ਇਲਾਵਾ ਇੱਕ ਹੋਰ ਚੀਜ਼ ਜੋ ਇੱਥੇ ਮੈਟਰ ਕਰਦੀ ਹੈ ਤੁਹਾਡੇ ਕੋਰਸ ਵਿੱਚ, ਉਹ ਹੁੰਦੀ ਹੈ ਕਿ ਤੁਹਾਡੇ ਕਿਹੜੇ ਕੋਰਸ ਵਿੱਚ PR ਮੌਜੂਦ ਹੈ, ਅਤੇ ਜਾਂ ਫਿਰ ਤੁਹਾਡੇ ਕੋਰਸ ਵਿੱਚ ਪੋਸਟ ਸਟੱਡੀ ਵਰਕ ਵੀਜ਼ਾ ਹੈ ਵੇ ਜਾਂ ਨਹੀਂ ਹੈ, ਜਿਹਨੂੰ ਅਸੀਂ ਪੋਸਟ ਸਟੱਡੀ ਵਰਕ ਪਰਮਿਟ ਕਹਿੰਦੇ ਹਾਂ। ਅਤੇ ਉਹਦੇ ਇਲਾਵਾ ਹੁਣ ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਕਿ ਸਾਡੇ ਕੋਰਸ ਵਿੱਚ PR ਹੈ ਕਿ ਨਹੀਂ ਹੈ? ਭਾਈ ਤੁਸੀਂ ਸਿੰਪਲੀ ਗੂਗਲ ਜਾਓ, ਉੱਥੇ ਲਿਖੋ ਸਕਿੱਲ ਓਕੂਪੇਸ਼ਨ ਲਿਸਟ, ਉਹ ਇੱਕ ਲਿਸਟ ਆ ਜਾਂਦੀ ਹੈ ਹਰ ਸਾਲ ਵਿੱਚ, ਉਹਦੇ ਵਿੱਚ ਜਿਹੜੇ ਜਿਹੜੇ ਪ੍ਰੋਗਰਾਮ ਦੀ ਡਿਮਾਂਡ ਹੁੰਦੀ ਹੈ ਆਸਟ੍ਰੇਲੀਆ ਵਿੱਚ, ਉਹਨਾਂ ਸਾਰਿਆਂ ਦੇ ਨਾਂ ਲਿਖੇ ਹੁੰਦੇ ਨੇ। ਅਤੇ ਜਿਹੜੇ ਜ਼ਿਆਦਾਤਰ ਜਿਹੜੇ ਪ੍ਰੋਗਰਾਮ ਨੇ ਇੰਜੀਨੀਅਰਿੰਗ ਦੇ, ਮੈਡੀਕਲ ਦੇ ਜਾਂ ਕੰਪਿਊਟਰ ਦੇ, ਉਹਨਾਂ ਸਾਰਿਆਂ ਵਿੱਚ PR ਮੌਜੂਦ ਹੈ ਸਾਰਿਆਂ ਵਿੱਚ। ਅਤੇ ਲੇਕਿਨ ਫਿਰ ਵੀ ਕੁਝ ਪ੍ਰੋਗਰਾਮ ਐਸੇ ਹੈ ਨੇ ਜਿਵੇਂ ਅਕਾਊਂਟਿੰਗ ਦੇ ਕੁਝ ਨੇ ਜਾਂ ਕੁਝ ਐਸੇ ਪ੍ਰੋਗਰਾਮ ਨੇ ਜਿਨ੍ਹਾਂ ਵਿੱਚ PR ਨਹੀਂ ਹੈ, ਅਤੇ ਉਸ ਵਿੱਚ ਫਿਰ ਤੁਹਾਨੂੰ ਇੱਕ ਵਾਰੀ ਸੋਚਣਾ ਪੈਂਦਾ ਵੇ। ਉਹਦੇ ਇਲਾਵਾ ਇੱਕ ਹੋਰ ਚੀਜ਼ ਜੋ ਤੁਹਾਨੂੰ ਵੇਖਣੀ ਪੈਂਦੀ ਹੈ ਆਪਣਾ ਪ੍ਰੋਗਰਾਮ ਚੂਜ਼ ਕਰਦੇ ਹਾਂ, ਅਤੇ ਉਹ ਹੁੰਦੀ ਹੈ ਪੋਸਟ ਸਟੱਡੀ ਵਰਕ ਵੀਜ਼ਾ। ਹੁਣ ਆਸਟ੍ਰੇਲੀਆ ਵਿੱਚ ਜਿਸ ਤਰ੍ਹਾਂ ਇੱਕ ਸਕਿੱਲ ਓਕੂਪੇਸ਼ਨ ਲਿਸਟ ਆਉਂਦੀ ਹੈ ਨਾ, ਉਸ ਤਰ੍ਹਾਂ ਇੱਕ ਹੋਰ ਲਿਸਟ ਆਉਂਦੀ ਹੈ ਪੋਸਟ ਸਟੱਡੀ ਵਰਕ ਵੀਜ਼ੇ ਵਾਲੀ। ਉਹਦੇ ਵਿੱਚ ਆਪਾਂ ਜਿਤਨੇ ਵੀ ਸਾਡੀ ਡਿਗਰੀਆਂ ਨੇ ਬੈਚਲਰ ਜਾਂ ਮਾਸਟਰ ਦੀਆਂ, ਉਹਨਾਂ ਦੇ ਨਾਂ ਲਿਖੇ ਹੁੰਦੇ ਨੇ ਕਿ ਅਗਰ ਬੱਚਾ ਇਹ ਸਟੂਡੈਂਟ ਇਹ ਵਾਲੀ ਡਿਗਰੀ ਕਰੇਗਾ ਤਾਂ ਇਹਨੂੰ ਇਹਦੇ ਵਿੱਚ ਵਰਕ ਪਰਮਿਟ ਲੱਭੇਗਾ। ਅਗਰ ਤੁਸੀਂ ਬੈਚਲਰ ਕਰਦੇ ਹੋ ਤਾਂ ਤੁਹਾਨੂੰ 3 ਤੋਂ 5 ਸਾਲ ਦਾ ਤੁਹਾਨੂੰ 3 ਤੋਂ 4 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲੇਗਾ। ਅਗਰ ਤੁਸੀਂ ਮਾਸਟਰ ਕਰਦੇ ਹੋ ਤਾਂ ਤੁਹਾਨੂੰ 3 ਤੋਂ 5 ਸਾਲ ਦਾ ਵਰਕ ਪਰਮਿਟ ਲੱਭਦਾ। ਇਹ ਮੈਂ 3 ਤੋਂ 5 ਏ ਅਤੇ 2 ਤੋਂ 3 ਤੋਂ 4 ਤਾਂ ਕਹਿ ਰਿਹਾ ਕਿ ਪਹਿਲੇ ਬੈਚਲਰ ਦਾ ਵਰਕ ਪਰਮਿਟ ਹੁੰਦਾ ਸੀ 3 ਸਾਲ, ਮਾਸਟਰ ਦਾ ਹੁੰਦਾ ਸੀ 4 ਸਾਲ। ਲੇਕਿਨ ਹੁਣ ਇਸ ਸਾਲ ਫਰਵਰੀ ਵਿੱਚ ਇਹਨਾਂ ਇੱਕ ਨਵੀਂ ਲਿਸਟ ਕੱਢੀ ਹੈ ਅਤੇ ਉਹਦੇ ਵਿੱਚ ਇਹਨਾਂ 1-1 ਸਾਲ ਦਾ ਵਰਕ ਪਰਮਿਟ ਵਧਾ ਛੱਡਿਆ। ਅਤੇ ਹੁਣ ਮਾਸਟਰ ਦਾ ਅੱਗੇ ਅਗਰ 3-4 ਸੀ, ਉਹ ਹੁਣ 4 ਤੋਂ 5 ਏ। ਉਹਦੇ ਇਲਾਵਾ ਇੱਕ ਹੋਰ ਚੀਜ਼ ਜੋ ਇੱਥੇ ਤੁਹਾਨੂੰ ਬੜੇ ਲੋਕ ਆਖਣਗੇ ਯਾਰ ਕਿ ਬੈਚਲਰ ਹੈ ਅਤੇ ਕਾਲਜ ਵਿੱਚ ਐਡਮਿਸ਼ਨ ਲੈ ਲਓ, ਟਰੇਡ ਕੋਰਸ ਐਡਮਿਸ਼ਨ ਲੈ ਲਓ। ਉਹਦੀ ਵਜ੍ਹਾ ਹੁੰਦੀ ਹੈ ਭਈ ਕਿ ਜਿਹੜੇ ਕਾਲਜ ਅਤੇ ਤੁਹਾਡੇ ਟਰੇਡ ਕੋਰਸ ਨੇ ਉਹ ਹੁੰਦੇ ਨੇ ਸਸਤੇ ਐਜ਼ ਕੰਪੇਅਰ ਟੂ ਤੁਹਾਡੇ ਜਿਹੜੇ ਯੂਨੀਵਰਸਿਟੀਆਂ ਹੁੰਦੀਆਂ ਨੇ ਅਤੇ ਜਿਹੜੀ ਤੁਹਾਡੀ ਡਿਗਰੀਆਂ ਹੁੰਦੀਆਂ ਨੇ। ਹੁਣ ਜਿਹੜਾ ਕਾਲਜ ਹੈ ਨਾ ਉਹਦਾ ਵੀਜ਼ਾ ਰੇਸ਼ੋ ਘੱਟ ਹੁੰਦੀ ਹੈ ਐਜ਼ ਕੰਪੇਅਰ ਟੂ ਯੂਨੀਵਰਸਿਟੀ, ਸਿੰਪਲ ਜੀ ਗੱਲ ਹੈ ਭਈ, ਠੀਕ ਹੈ? ਕਿਉਂਕਿ ਉਹਨਾਂ ਨੂੰ ਵੀ ਪਤਾ ਯਾਰ ਕਾਲਜ ਦੀ ਫੀਸ ਥੋੜ੍ਹੀ ਹੈ, ਇਹ ਜਿਹੜਾ ਬੱਚਾ ਇੱਥੇ ਆ ਰਿਹਾ ਇਹ ਬਸ ਪੜ੍ਹਾਈ ਦੇ ਨੀਅਤ ਤੋਂ ਨਹੀਂ ਆ ਰਿਹਾ, ਇਹ ਬਸ ਇੱਥੇ ਆ ਰਿਹਾ ਕਿ ਭਾਈ ਮੈਂ ਕਿਸ ਤਰੀਕੇ ਮੈਨੂੰ ਇੱਥੇ ਆਸਟ੍ਰੇਲੀਆ ਵਿੱਚ ਇੰਟਰੀ ਲੱਭੇ ਅਤੇ ਮੈਂ ਅੱਗੇ ਆ ਕੇ ਇੱਥੇ ਕੰਮ ਕਰਾਂ। ਤਾਂ ਵਾਸਤੇ ਕਾਲਜ ਦੀ ਵੀਜ਼ਾ ਰੇਸ਼ੋ ਹਮੇਸ਼ਾ ਘੱਟ ਹੁੰਦੀ ਹੈ। ਦੂਜੀ ਵਜ੍ਹਾ ਇਹ ਹੁੰਦੀ ਕਿ ਲੋਕ ਕਾਲਜ 'ਚ ਆਉਂਦੇ ਨੇ, ਉਹਦੀ ਵਜ੍ਹਾ ਉਹ ਇਹ ਗੱਲ ਹੈ ਕਿ ਇੱਕ ਤਾਂ ਫੀਸ ਘੱਟ ਹੁੰਦੀ ਹੈ ਅਤੇ ਦੂਜਾ ਕਾਲਜ ਤਾਂ ਬੜਾ ਉਹਦੀ ਪੜ੍ਹਾਈ ਬੜੀ ਆਸਾਨ ਹੁੰਦੀ ਹੈ, ਆਸਾਨੀ ਨਾਲ ਉੱਥੇ ਹਫ਼ਤੇ 'ਤੇ ਆਇਆ ਤਾਂ ਪਹਿਲੇ ਤਾਂ ਜਾਣਾ ਹੀ ਨਹੀਂ ਪੈਂਦਾ ਆਪਣੇ ਕਾਲਜ ਨਾਲ,
ਜਾਂ ਫਿਰ ਇੱਕ ਦਿਨ ਜਾਣਾ ਪੈਂਦਾ, ਕੋਈ ਸੈਮਟਾ ਨਹੀਂ, ਕੋਈ ਕੁਇਜ਼ ਨਹੀਂ, ਅਤੇ ਉਸ ਤਰ੍ਹਾਂ ਦੀ ਸਹੂਲਤ ਕਰਕੇ ਲੋਕ ਨਾ ਕਾਲਜ ਵਿੱਚ ਇੱਥੇ ਐਡਮਿਸ਼ਨ ਲੈਂਦੇ ਨੇ। ਜ਼ਿਆਦਾਤਰ ਤਾਂ ਇਹ ਕਰਦੇ ਨੇ ਇੱਥੇ ਆ ਕੇ ਕੋਰਸ ਚੇਂਜ ਕਰਕੇ ਕਾਲਜ 'ਤੇ ਟੁਰ ਜਾਂਦੇ ਨੇ, ਅਤੇ ਕੁਝ ਐਸੇ ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਉੱਥੋਂ ਇੰਡੀਆ ਪਾਕਿਸਤਾਨ ਨੂੰ ਨਾ ਉਹਨਾਂ ਨੂੰ ਸਿੱਧਾ ਕਾਲਜ ਐਡਮਿਸ਼ਨ ਲੱਭ ਕੇ ਉਹਨਾਂ ਦਾ ਵੀਜ਼ਾ ਲੱਗ ਜਾਂਦਾ। ਅਤੇ ਬਸ ਅੱਜ ਦੀ ਵੀਡੀਓ ਵਿੱਚ ਇਹੀ ਸੀ, ਅਸੀਂ ਇਹੀ ਸ਼ਾਇਦ ਡਿਸਕਸ ਕਰਨੀ ਸੀ ਕਿ ਤੁਸੀਂ ਅਗਰ ਆਉਣਾ ਚਾਹੁੰਦੇ ਹੋ ਆਸਟ੍ਰੇਲੀਆ ਵਿੱਚ, ਤੁਹਾਨੂੰ ਬੈਚਲਰ ਵਿੱਚ ਆਉਣਾ ਚਾਹੀਦਾ ਜਾਂ ਮਾਸਟਰ ਵਿੱਚ ਜਾਂ ਫਿਰ ਤੁਹਾਨੂੰ ਟ੍ਰੇਡ ਕੋਰਸ 'ਚ। ਹੁਣ ਜਿਹੜੀ ਮੈਂ ਇਹਦੇ ਵਿੱਚ ਗੱਲ ਕੀਤੀ ਹੈ, ਮੈਂ ਆਪਣੀ ਵੀਡੀਓ ਨੂੰ ਸਮਰਾਈਜ਼ ਕਰਾਂਗਾ, ਉਹ ਇੱਕ ਪੁਆਇੰਟ ਇਹ ਵੇ ਕਿ ਤੁਸੀਂ ਸਭ ਤੋਂ ਪਹਿਲੇ ਦੇਖਣਾ ਵੇ ਕਿ ਤੁਹਾਡੇ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਪੋਸਟ ਸਟੱਡੀ ਵੀਜ਼ਾ ਹੈ ਵੇ ਕਿ ਨਹੀਂ। ਇਹ ਹਰ ਪ੍ਰੋਗਰਾਮ ਵਿੱਚ ਇੱਥੇ ਪੋਸਟ ਸਟੱਡੀ ਵੀਜ਼ਾ ਕੋਈ ਨਹੀਂ ਹੈ। ਹੁਣ ਉਹਦਾ ਕੀ ਮਤਲਬ ਹੈ ਕਿ ਅਗਰ ਤੁਹਾਡੀ ਮਾਸਟਰ ਦੀ ਡਿਗਰੀ 2 ਸਾਲ ਦੀ ਹੈ ਤਾਂ ਉਹਦੇ ਵਿੱਚ ਤੁਹਾਨੂੰ ਪੋਸਟ ਸਟੱਡੀ ਵੀਜ਼ਾ ਲੱਭੇਗਾ, 1 ਸਾਲ 1.5 ਸਾਲ ਉਹਦੇ ਵਿੱਚ ਕੋਈ ਨਹੀਂ ਲੱਭਦਾ। ਬੈਚਲਰ ਦਾ ਵੀ ਇੰਜ ਹੀ ਹੈ, 3 ਸਾਲ ਦੀ ਬੈਚਲਰ ਹੈ, 3 ਸਾਲ ਦੀ ਕਰੋ ਤਾਂ ਤੁਹਾਨੂੰ ਪੋਸਟ ਸਟੱਡੀ ਵਰਕ ਵੀਜ਼ਾ ਲੱਭੇਗਾ, 2.5 ਸਾਲ 2 ਸਾਲ ਉਹਦੇ ਵਿੱਚ ਨਹੀਂ ਮਿਲਦਾ ਤਾਂ ਵਾਸਤੇ। ਅਤੇ ਸਿੰਪਲ ਗੂਗਲ 'ਤੇ ਲਿਖੋ ਕਿ ਲਿਸਟ ਆਫ ਪ੍ਰੋਗਰਾਮ ਐਲੀਜੀਬਲ ਫੋਰ ਪੋਸਟ ਸਟੱਡੀ ਵਰਕ ਵੀਜ਼ਾ ਇਨ ਆਸਟ੍ਰੇਲੀਆ, ਉਹਦੇ ਵਿੱਚ ਸਾਰੀ ਲਿਸਟ ਆ ਜਾਂਦੀ। ਮੈਂ ਕੋਸ਼ਿਸ਼ ਕਰਾਂਗਾ ਕਿ ਅਗਰ ਮੈਨੂੰ ਲਿੰਕ ਟਾਈਮ ਲੱਭਦਾ ਤਾਂ ਮੈਂ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਲਿੰਕ ਪਾ ਛੱਡਾਂ, ਅਤੇ ਉੱਥੋਂ ਵੀ ਤੁਸੀਂ ਜਾ ਕੇ ਚੈੱਕ ਕਰ ਲੈਣਾ। ਅਤੇ ਬਾਕੀ ਅਗਰ ਤੁਸੀਂ ਬੈਚਲਰ ਦੇ ਫਾਈਨਲ ਈਅਰ ਵਿੱਚ ਹੋ ਜਾਂ ਤੁਸੀਂ +2 ਜਾਂ FSC ਦੇ ਫਾਈਨਲ ਈਅਰ ਵਿੱਚ ਹੋ ਤਾਂ ਜ਼ਰੂਰ ਆਸਟ੍ਰੇਲੀਆ ਦੀ ਅੱਗੇ ਤੋਂ ਤਿਆਰੀ ਸਟਾਰਟ ਕਰ ਦਿਓ। ਤਿਆਰੀ ਜਿਹੜੀ ਸਟਾਰਟ ਹੁੰਦੀ ਹੈ ਨਾ, ਉਹਦਾ ਸਭ ਤੋਂ ਪਹਿਲਾਂ ਜਿਹੜਾ ਸਟੇਜ ਹੈ ਉਹ ਹੁੰਦੀ ਹੈ ਪਾਸਪੋਰਟ। ਅਗਰ ਤੁਹਾਡੇ ਕੋਲ ਆਪਣਾ ਪਾਸਪੋਰਟ ਨਹੀਂ ਹੈ, ਸਭ ਤੋਂ ਪਹਿਲੇ ਪਾਸਪੋਰਟ ਬਣਵਾਓ, ਉਹਦੇ ਬਾਅਦ ਤੁਸੀਂ ਆਇਲਟਸ ਦੀ ਤਿਆਰੀ ਕਰੋ। ਆਇਲਟਸ ਦਾ ਇੱਕ ਰੋਡ ਮੈਪ ਬਣਾਓ, ਯਾਰ ਮੇਰੀ ਡਿਗਰੀ ਅਗਰ ਜੂਨ 'ਚ ਪੂਰੀ ਹੋ ਰਹੀ ਹੈ ਤਾਂ ਮੈਂ ਆਇਲਟਸ ਦੇਣਾ, ਮੈਂ ਜੁਲਾਈ ਵਿੱਚ ਦੇਣਾ, ਮੈਂ ਅਗਸਤ ਵਿੱਚ ਦੇਣਾ ਵੇ। ਅਤੇ ਉਸ ਤਰ੍ਹਾਂ ਦਾ ਆਪਣੀ ਥੋੜ੍ਹੀ ਨੀਅਤ ਬਣਾਓ ਅਤੇ ਫਿਰ ਥੋੜ੍ਹੀ ਆਪਣੀ ਰਿਸਰਚ ਕਰੋ, ਅਤੇ ਫਿਰ ਬਾਕੀ ਮੈਂ ਹੋਰ ਵੀ ਵੀਡੀਓ ਬਣਾਵਾਂਗਾ ਕਿ ਕਿਸ ਤਰ੍ਹਾਂ ਇੱਕ ਸਟੈਪ ਕਿਸ ਤਰ੍ਹਾਂ ਦਾ ਹੁੰਦਾ ਵੇ, ਗਿਆ ਉਹਦੇ 'ਚ ਕੀ ਕੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਸਾਰੇ ਪ੍ਰੋਸੈਸ ਵਿੱਚ। ਅਤੇ ਅਗਰ ਇਸ ਤੋਂ ਰਿਲੇਟਡ ਤੁਹਾਨੂੰ ਕੋਈ ਵੀ ਤੁਹਾਡੀ ਕਿਊਰੀ ਹੋਈ ਜਾਂ ਕੋਈ ਵੀ ਤੁਹਾਡਾ ਸਵਾਲ ਜੋ ਤੁਹਾਡੇ ਜ਼ਿਹਨ 'ਚ ਹੋਏ ਤਾਂ ਥੱਲੇ ਮੈਨੂੰ ਕਮੈਂਟ ਕਰਕੇ ਦੱਸੋ, ਮੈਂ ਤੁਹਾਡਾ ਜਵਾਬ ਦਿਆਂਗਾ। ਨਹੀਂ ਤਾਂ ਮੈਂ ਆਪਣੇ ਇੰਸਟਾਗ੍ਰਾਮ ਦਾ ਵੀ ਲਿੰਕ ਪਾਉਂਦਾ ਵਾਂ ਥੱਲੇ, ਉਸ 'ਤੇ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਵੀ ਰਾਬਤਾ ਕਰ ਸਕਦੇ ਹੋ। ਅਤੇ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏ, ਅਤੇ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਜ਼ਰੂਰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਵੀਰਾਂ ਨਾਲ ਇਹ ਵੀਡੀਓ ਸ਼ੇਅਰ ਕਰੋ। ਅੱਲਾਹ ਹਾਫਿਜ਼।